ਅੱਜ ਅਸਾਂ ਮੌਜੂਦ ਹਾਂ ਤਹਿਸੀਲ ਡਡਿਆਲ ਬਹੁਤ ਹੀ ਖੂਬਸੂਰਤ ਔਰ ਤਾਰੀਖੀ ਇਲਾਕੇ ਵਿੱਚ ਤਾਂ ਇਲਾਕਾ ਹੈ ਰੱਟਾ ਰੱਟੇ ਹੈਗਾ ਜਿਸ ਅਸਾਂ ਡੋਗ ਜਾਂ ਮੁਹੱਲੇ ਵਿੱਚ ਮੌਜੂਦ ਹਾਂ ਉਹ ਹੈ ਮੁਹੱਲਾ ਮਲਾਲ ਬਣੇ ਇਹ ਕਿ ਰੱਟੇ ਵਿੱਚ ਕਾਫੀ ਮੁਹੱਲੇ ਜਾਂ ਮੁਹੱਲਾ ਹੈ ਨਾ ਮੁਹੱਲਾ ਮਲਾਲ ਇਹ ਰੱਟੇ ਨਾਲ ਸਭ ਤੋਂ ਬੜਾ ਮੁਹੱਲਾ ਆ ਜਾਂ ਢੋਕ ਹੈ ਤੁਸੀਂ ਜਦੋਂ ਜਾਓ ਗਲੀਆਂ ਗਲੀਆਂ ਕੋਈ ਪਤਾ ਹੀ ਨਹੀਂ ਲੈਣਾ ਸਮਝੋ ਕਿ ਰੱਟੇ ਨਾਲ ਰੱਟੇ ਨਾਲ ਇੱਕ ਆਰਟੀਕਲ ਹੈ ਸਰ ਬਸਾਂ ਦੀ ਨਜ਼ਰ ਸ਼ਾਂ ਸੀ ਮੁਹੱਲਾ ਮਲਾਲ ਹੈ ਬਹੁਤ ਹੀ ਪੁਰਾਣਾ ਬਾਜ਼ਾਰ ਤਾਂ ਇਹ ਬਾਜ਼ਾਰ ਇਸ ਵੇਲੇ ਵੀਰਾਨ ਹੀ ਆ ਜਾਂ ਇਲਾਕਾ ਹੈ ਨਾ ਇਹ ਕੋਠੀਆਂ ਲਿਹਾਜ਼ਾ ਕਾਫੀ ਮਸ਼ਹੂਰ ਆ ਉਹ ਕੋਠੀਆਂ ਜਿਹੜੀਆਂ ਆ ਉਹ ਮੁਹੱਲਾ ਮਲਾਲ ਦੀਆਂ ਤਾਂ ਫਿਰ ਤਾਂ ਮੈਂ ਰੌਣਕਾਂ ਹੀ ਰੌਣਕਾਂ ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ ਮਿਲ ਜਾਣਾ ਸਾਡੇ ਠਾਕ ਸੋ ਖੁਸ਼ ਬਾਸ਼ ਸੋ ਅੱਲਾਹ ਤਾਲਾ ਨੇ ਹਿਫਜ਼ ਇਮਾਨ ਚ ਸੋ ਮੈਂ ਰਾਸ਼ਿਦ ਸ਼ਬੀਰ ਸੋ ਤਕੀਰ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ ਅੱਜ ਅਸਾਂ ਮੌਜੂਦ ਹਾਂ ਤਹਿਸੀਲ ਡਡਿਆਲ ਬਹੁਤ ਹੀ ਖੂਬਸੂਰਤ ਔਰ ਤਾਰੀਖੀ ਇਲਾਕੇ ਵਿੱਚ ਤਾਂ ਇਲਾਕਾ ਹੈ ਰੱਟਾ ਤਾਂ ਰੱਟੇ ਹੈਗਾ ਜਿਸ ਅਸਾਂ ਡੋਗ ਜਾਂ ਮੁਹੱਲੇ ਵਿੱਚ ਮੌਜੂਦ ਹਾਂ ਉਹ ਹੈ ਮੁਹੱਲਾ ਮਲਾਲ ਤਾਂ ਉਸ ਲਈ ਅੱਜ ਵੀਡੀਓ ਬਣਾ ਸਕਾਂ ਕਿ ਕੋਈ ਅਸਾਂ ਜੀ ਰਿਕੁਐਸਟ ਆਈ ਸੀ ਕਿ ਤੁਸੀਂ ਵੀਡੀਓ ਬਣਾਓ ਜੀ ਮੁਹੱਲਾ ਮਲਾਲ ਨੇ ਔਰ ਅਸੀਂ ਪੂਰਾ ਕਵਰ ਕਰਵਾ ਤਾਂ ਅੱਜ ਅਸਾਂ ਆਈ ਗਏ ਹਾਂ ਜੀ ਮੁਹੱਲਾ ਮਲਾਲ ਕੀ ਕਵਰ ਕਰਨਾ ਸਰ ਬੈਂਕ ਸਾਹਿਬ ਸਰ ਕੀ ਨਜ਼ਰ ਆਈ ਆਉਂਦੀ ਹੈ ਮੁਹੱਲਾ ਮਲਾਲ ਦਾ ਇੰਟਰੀ ਪੁਆਇੰਟ ਪੁਰਾਣਾ ਕੂਹਾਂ ਆ ਸਾਰਾ ਸਕਾਟ ਦਾ ਯਾਦਗਾਰ ਕੂਹਾਂ ਚੌਧਰੀ ਅਬਦੁਲ ਖਾਲਕ ਵਲਡ ਬੂਟਾ ਤਾਂ ਇਹ ਉਹਨਾਂ ਦੀ ਤਾਮੀਰ ਕੀਤਾ ਸੀ ਜਾਂ ਕਿਆ ਤਾਂ ਬਾਕੀ ਸਾਰਾ ਤਾਂ ਕੀ ਸਕਦਾ ਚੌਕ ਨਮਾਏ ਕੂਹਾਂ ਬਣਤਾ ਦੂਰੋਂ ਤੋਂ ਕੋਲ ਪਤਾ ਲਾਉਣਾ ਇੱਕ ਖੂਹ ਹੈ ਜਾਂ ਕਿਆ ਹੈ ਉਸ ਵਾਸਤੇ ਤੁਹਾਡੀ ਸਾਰੀ ਨਾਲ ਜੁੜਨਾ ਪੈ ਸੀ ਜਦੋਂ ਅੱਜ ਸਾਰੀ ਨਾਲ ਜੁੜੇ ਰਿਹਾ ਅੱਜ ਵੀਡੀਓ ਸਾਰੀ ਲੱਗੀ ਹੈ ਬੜੀ ਸੋਹਣੀ ਤਾਂ ਅੱਜ ਆਈ ਜੋ ਸਾਰੀ ਨਾਲ ਸਹੀ ਚੱਕ ਕਰਾਉਣੇ ਆ ਮੁਹੱਲਾ ਮਲਾਲ ਨਾਲ ਵਿਜ਼ਿਟ ਸਫ਼ਰ ਹੋਈ ਗਿਆ ਸ਼ੁਰੂ ਮੁਹੱਲਾ ਮਲਾਲ ਨਾਲ ਤਾਂ ਅਸਾਂ ਵਿਜ਼ਲ ਤੁਸੀਂ ਚੱਕ ਕਰਿਆ ਅਸਾਂ ਇਸ ਗਲੀ 'ਚ ਗੁਜ਼ਰੇ ਹਾਂ ਤਾਂ ਇਸ ਗਲੀ 'ਚ ਅਸਾਂ ਜਿਹੜੇ ਰਹੇ ਹਾਂ ਨਾ ਤਾਂ ਇਹ ਸੱਜਾ ਸੱਜਾ ਹੀ ਰਿਹਾ ਇਹ ਜਿਹਾ ਸਾ ਸਫ਼ਰ ਸ਼ੁਰੂ ਹੋਇਆ ਸੀ ਇਹ ਕੂਹਾਂ ਸੀ 1861 ਵਾਲਾ ਤਾਂ ਉੱਥੋਂ ਅਸਾਂ ਆਈ ਗਏ ਹਾਂ ਜੀ ਅੱਗੇ ਤਾਂ ਇਸ ਸਾਈਡ ਅਗਰ ਤੁਸੀਂ ਤੱਕੋ ਤਾਂ ਇੱਥੇ ਮੁਹੱਲਾ ਲਾਉਣਾ ਦੀ ਸਾਈਡ ਮੁਹੱਲਾ ਬੱਗੂ ਤਾਂ ਇਹ ਵੀ ਕਿਸ ਤੁਸੀਂ ਐਂਟਰੀ ਪੁਆਇੰਟ ਲੱਗੀਆਂ ਗਿਆ ਮੁਹੱਲੇ 'ਚ ਇਹ ਸੈਂਟਰ ਵਿੱਚ ਆ ਤਾਂ ਇਸ ਅੱਗੇ ਤੋਂ ਮੁਹੱਲੇ ਹੀ ਮੁਹੱਲੇ ਬਣੇ ਇਹ ਕਿ ਰੱਟੇ ਵਿੱਚ ਕਾਫੀ ਮੁਹੱਲੇ ਉਹ ਸਾਂ ਗਿਣੀ ਤਾਂ ਤੁਸੀਂ ਦੱਸੀ ਸਕਣੇ ਤਾਂ ਇਹ ਜਾਂ ਮੁਹੱਲਾ ਨਾ ਮੁਹੱਲਾ ਮਲਾਲ ਇਹ ਰੱਟੇ ਨਾਲ ਸਭ ਤੋਂ ਬੜਾ ਮੁਹੱਲਾ ਆ ਜਾਂ ਢੋਕ ਹੈ ਬਾਕੀ ਇੱਥੋਂ ਇਹ ਐਂਟਰੀ ਪੁਆਇੰਟ ਇਸ ਮੁਹੱਲਾ ਮਲਾਲ ਨਹੀਂ ਤਾਂ ਬਾਕੀ ਹੁਣ ਕਾਫੀ ਜਾਂ ਗਲੀਆਂ ਰਹਿਣੀਆਂ ਤੁਸੀਂ ਚੈੱਕ ਕਰਾਉਣੀਆਂ ਜਾਂ ਇੱਕ ਹੋਰ ਗਲੀ ਨਾਲ ਵਿਜ਼ਿਟ ਚੈੱਕ ਕੀਤਾ ਇਹ ਗਲੀ ਜਿਹੜੀ ਥੋੜ੍ਹੀ ਸੀ ਨਾਲ ਜੁੜੀ ਹੋਈ ਸੀ ਆ ਇਹ ਗਲੀ ਬਹੁਤ ਹੀ ਕਲੋਜ਼ ਸੀ ਬੈਂਕ ਸਰਵਿਸ ਦੀ ਨਜ਼ਰ ਸ਼ਾਂ ਸੀ ਮੁਹੱਲਾ ਮਲਾਲ ਬਹੁਤ ਹੀ ਪੁਰਾਣਾ ਬਾਜ਼ਾਰ ਤਾਂ ਇਹ ਬਾਜ਼ਾਰ ਇਸ ਵੇਲੇ ਵੀਰਾਨ ਹੀ ਆ ਪੁਰਾਣੇ ਰੱਟੇ ਬਾਜ਼ਾਰ ਸੀ ਆ ਕਿ ਕੋਈ ਦੁੱਕੀ ਦੀ ਦੁਕਾਨ ਬਸਣੀ ਸੀ ਆ ਨਾ ਇਸੀ ਕੋਈ ਦੁਕਾਨ ਨਹੀਂ ਬਸਣੀ ਸਾਰੀਆਂ ਬੰਦ ਹੀ ਆ ਔਰ ਬਿਲਡਿੰਗ ਸੋਹਣੀ ਹਾਲਤ ਆਪਾਂ ਬਿਲਡਿੰਗ ਤਾਂ ਬਿਲਕੁਲ ਹੀ ਢਿਹਣੇ ਵਾਲੀ ਆ ਤਾਂ ਇਹ ਜਿਹੜਾ ਬਾਜ਼ਾਰ ਗੁਲਾਨੀ ਸੂਰਤ ਵਿੱਚ ਆ ਜ਼ਾਹਿਰ ਅਸੀਂ ਗਲੀਆਂ ਲੱਗੀਆਂ ਚੌਂ ਪੈਸੋਂ ਔਰ ਉਸਨੇ ਫਿਰ ਗੁਲਾਈ ਜਿਹੜੀ ਆ ਨਾ ਆਪਣੇ ਆਪ ਹੀ ਬਣੀ ਗਈ ਆ ਜ਼ਾਹਿਰ ਆਈ ਕਿ ਇੱਧਰ ਜਾਣੀ ਗਲੀ ਕਿੱਧਰ ਜਾਣੀ ਤਾਂ ਇੱਕ ਸਾਹਮਣੇ ਜਾਣੀ ਤਾਂ ਬੈਕ ਸਾਈਡ ਆਪਕੋ ਬਾਜ਼ਾਰ ਆ ਬਾਕੀ ਸਗੀ ਜੁਲਦੇ ਹਾਂ ਹੋਰ ਚੈੱਕ ਕਰਾਉਣੇ ਆ ਮੁਹੱਲਾ ਮਲਾਲ ਨੇ ਵਿਊ Thank you.
ਦੋਸਤੋ ਸੋ ਮੱਲਾ ਮਲਾਲ ਨਾਲ ਵਿਜ਼ਿਟ ਚੱਕ ਕਰੀ ਰਹੇ ਸੋ ਸੰਗ ਇੱਥੇ ਹੀ ਮੁਕਾਮੀ ਚਾਚਾ ਵੀ ਲੱਭੀ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਹੈ? ਠੀਕ ਹੋ? ਅਲਹਮਦੁਲਿਲਾਹ ਪ੍ਰੀਏ ਕਾਫੀ ਸੁਣਾਓ। ਅੱਲਾਹ ਦਾ ਸ਼ੁਕਰ। ਸਭਾ ਸੋ ਪਹਿਲੋ ਆਪਣਾ ਸੋ ਨਾਂ ਦੱਸੀ ਰੋ। ਮੋਹਰਾ ਨਾਂ ਚੋਰੀ ਮੁਹੰਮਦ ਅਨੀਫ ਮੋਹਰਾ ਮਲਾਲ। ਮੋਹਰਾ ਮਲਾਲ ਤੇ ਮੋਹਰਾ ਮਲਾਲ ਕਿਤਨਾ ਬੜਾ ਇਲਾਕਾ ਆ? ਇਹ ਤਕਰੀਬਨ ਮੋਹਰਾ ਮਲਾਲ ਜੀ ਤਕਰੀਬਨ 100 ਘਰ ਸੀ। ਇਹ ਮਹੱਲਾ ਤੱਕਿਆ ਕਾਫੀ ਬੜਾ ਮਹੱਲਾ ਆ। ਸਾਰੀਆਂ ਵੀ ਮਹੱਲੇ ਰੱਟੇ ਜੀ ਬੜਾ ਹੀ ਮਹੱਲਾ ਆ। ਅਸੀਂ ਜਦੋਂ ਜਾਓ ਗਲੀਆਂ ਗਲੀਆਂ ਕੋਈ ਪਤਾ ਹੀ ਨਹੀਂ ਲੱਗਣਾ। ਸਮਝੋ ਕਿ ਰੱਟੇ ਨਾ ਰੱਟੇ ਦਾ ਜਿਹੜਾ ਨਾ ਇਹ ਕੈਪੀਟਲ ਹੈ। ਸਹੀ ਜਿਸਾਨੀ ਰੱਟਾ ਜੀ ਕੈਪੀਟਲ ਆ ਨਰਾਲ ਦਾ। ਠੀਕ ਹੈ। ਯਾਰ ਜਿਸ 17 ਕਿਲੋਮੀਟਰ ਹੈ। ਠੀਕ ਹੈ। ਇਸਾ ਤੇ ਮੋੜਾ ਮਲਾ ਰੱਟੇ ਨਾ ਜਦੋਂ ਜਾਓ ਸਹੀ ਗਾ ਹੋਰ ਮਹੱਲੇ ਲੱਗਦਾ ਪਤਾ ਜਿੱਦੋਂ ਦਾ ਸੋ ਉਸ ਵਿੱਚ ਗਲੀ ਜੀ ਹੈ ਕਿ ਉਪਰਾ ਬੰਦਾ ਇੱਥੇ ਅੱਛਾ ਨਾ ਉਸ ਨੂੰ ਮੀਟਰ ਫਿਰੀ ਜਾਂਦੀ ਹੈ ਜਿਸਾ ਮਾੜਾ ਮਾੜਾ ਫਿਰਿਆ ਅੱਜ ਜਿਹੜੇ ਸਾਡੇ ਬੱਚੇ ਆ ਕਿ ਅਸੇ ਬਾਅਦ ਅਸੇ ਨਾ ਜੀ ਉਹਨਾਂ ਨੇ ਉਹਨਾਂ ਕੀ ਆਪਣਾ ਘਰ ਕੋ ਨਹੀਂ ਲੱਗਾ। ਸਹੀ। ਤੇ ਇਸ ਕੀ ਜਰਾਬ ਰਾਤ ਜਿਸ ਨੂੰ ਇਸ ਉਦੋਂ ਜਿਸ ਤਰ੍ਹਾਂ ਗਲੀ ਟੱਚ ਹੋਣੀ ਦੀ ਮੇਰਾ ਮਲਾ ਨਹੀਂ। ਬਾਕੀ ਇਸ ਮਹੱਲੇ ਨੇ ਲੋਕ ਜ਼ਿਆਦਾ ਬਾਹਰੀ ਹੈ? ਤਕਰੀਬਨ ਬਾਹਰੀ ਹੈ ਜੀ। ਨਜ਼ਰ ਆਏ ਕੋਠੀਆਂ ਨਜ਼ਰ ਆਈਆਂ ਸਾਡਾ ਮਕਾਨ ਕੋਈ ਦੁੱਕਾ ਆਇਆ ਉਹ ਵੀ ਲਾਸਟ ਪਰ ਕਾਫੀ ਪੁਰਾਣੇ ਮਕਾਨ ਵੀ ਹੈ ਮੌਜੂਦ ਹੈ ਸਾਰਾ ਮਕਾਨ ਪਾਰ ਮਿਛਾ ਕੇ ਮਾਨੀ ਤਾਂ ਵਗੈਰਾ ਬਣਾਈ ਗਿਆ ਇਹ 1962 ਹੀ ਬਣਤਾ। ਠੀਕ ਹੈ। ਤਾਂ ਬਾਕੀ ਸਰ ਮਹੱਲਾ ਮਲਾਲ ਨੇ ਕੀ ਹਿਸਟਰੀ ਕੀ ਤਾਰੀਖ? ਤਾਰੀਖ ਜੀ ਸਾਰੀ ਜਿਹੜੀ ਕੋਈ ਨਸਲ ਆਈ ਹੈ ਮੈਂ ਉਹ ਮਤਲਬ ਕਿ ਸਜਰਾ ਬਣਵਾਇਆ ਸੀ ਉਹ ਇੰਗਲੈਂਡ ਦਾ ਇਹ ਸਾਰਾ ਜੋ ਕੋਈ ਬਚਤਾ ਸੀ ਨਾ। ਠੀਕ ਹੈ। ਉਹ ਬਾਬਾ ਡੋਲਾ ਸਿੰਘ ਸੀ ਉਹ ਜੋ ਸਾਰੇ ਸਰਨਾਂ ਦੇ ਉਹ ਚਕਵਾਲ ਤੋਂ ਆਇਆ ਸੀ। ਠੀਕ ਬਹੁਤ ਸ਼ੁਕਰੀਆ ਜੀ ਤੁਹਾਨੂੰ ਆਪਣਾ ਕੀਮਤੀ ਟਾਈਮ ਦਿੱਤਾ ਹੈ। ਮਿਹਰਬਾਨੀ ਜੀ ਤੁਹਾਨੂੰ ਸਾਰੇ ਮੋਹਲੇ 'ਚ ਵਿਜ਼ਿਟ ਕੀਤਾ ਹੋਵੇ ਤਾਂ ਬਾਕੀ ਨਾਜ਼ਰੀਨ ਤੁਸੀਂ ਜਿਹੜਾ ਬਾਕੀ ਜਿਹੜਾ ਮਹੱਲਾ ਮਲਾ ਲੈਣਾ ਉਸ ਤੋਂ ਸਾਨੂੰ ਵਿਜ਼ਿਟ ਚੈੱਕ ਕਰੋ। ਦੋਸਤੋ ਅੱਜ ਤੁਸੀਂ ਚੈੱਕ ਕੀਤਾ ਜੀ ਵਿਜ਼ਿਟ ਰੱਟਾ ਡਡਿਆਲ ਆਜ਼ਾਦ ਕਸ਼ਮੀਰ ਨਾਲ ਇਹ ਜਿਹੜਾ ਇਲਾਕਾ ਹੈ ਨਾ ਇਹ ਕੋਠੀਆਂ ਲਿਹਾਜ਼ ਕਾਫੀ ਮਸ਼ਹੂਰ ਹੈ ਉਹ ਕੋਠੀਆਂ ਜਿਹੜੀਆਂ ਆ ਉਹ ਮੱਲਾ ਮਲਾਲ ਦੀਆਂ ਤਾਂ ਫਿਰ ਤਾਂ ਮੈਂ ਰੌਣਕਾਂ ਹੀ ਰੌਣਕਾਂ ਬੈਕ ਸਾਈਡ ਤੁਸੀਂ ਨਜ਼ਰ ਆਈ ਹੋਈ ਆ ਬਹੁਤ ਹੀ ਖੂਬਸੂਰਤ ਕੋਠੀ ਇਸ ਤੋਂ ਰੱਟੇ ਨਹੀਂ ਆਹੋ ਮੱਲਾ ਮਲਾਲ ਨਹੀਂ ਆਹੋ ਇਹ ਜੇ ਤੁਸੀਂ ਹੋਇਆ ਠੀਕ ਹੀ ਆ ਦੋਵੇਂ ਚਲਸਣ ਹੈ ਤੁਸੀਂ ਬੈਕ ਸਾਈਡ ਪਰ ਨਜ਼ਰ ਅੱਛੀ ਅਸੀਂ ਆ ਬਹੁਤ ਹੀ ਖੂਬਸੂਰਤ ਕੋਠੀ ਸੀ ਤੁਸੀਂ ਪੈਲਸ ਆਹੋ ਬੰਗਲੋ ਆਹੋ ਜਾਂ ਬੰਗਲਾ ਆਹੋ ਤਾਂ ਤੁਸਾਂ ਕਿ ਇਹ ਗਲਤ ਨਾ ਹੋ ਸੀ ਕਿਉਂਕਿ ਸਭ ਤੋਂ ਖੂਬਸੂਰਤ ਰੱਟੇ ਵਿੱਚ ਔਰ ਮਲਾ ਮਲਾਲ ਜੀ ਇਹ ਆ ਖੂਬਸੂਰਤ ਕੋਠੀ ਬਾਕੀ ਖੂਬਸੂਰਤ ਹੈ ਹੀ ਆ ਪਰ ਇਸ ਤਰ੍ਹਾਂ ਲੁੱਕ ਜਿਹੜੀ ਨਾ ਇੱਕ ਆਪਣੀ ਜੇ ਤੁਸੀਂ ਅੱਜ ਵਿਜ਼ਿਟ ਚੈੱਕ ਕੀਤਾ ਮਲਾ ਮਲਾਲ ਨਾਲ ਚੈੱਕ ਕੀਤਾ ਅਸਾਂ ਗਲੀਆਂ ਸਾਰੀਆਂ 'ਚ ਫਿਰੇ ਹਾਂ ਕੋਈ ਉੱਕੀ ਦੁੱਕੀ ਗਲੀ ਰਹੀ ਗਈ ਆ ਜਿਹੜੀ ਸਾਡੀ ਨਜ਼ਰਾਂ 'ਚੋਂ ਨਾ ਗੁਜ਼ਰੀ ਹੋਇਆ ਜਾਂ ਸਾਡੇ ਦਿਮਾਗਾਂ 'ਚ ਗੁਜ਼ਰੀ ਗਈ ਆ ਤਾਂ ਬਾਕੀ ਜੇ ਤੁਸੀਂ ਚੈੱਕ ਕੀਤਾ ਅਸੀਂ ਇਸ ਮਹੱਲੇ 'ਚ ਸਾਰੀਆਂ ਕੋਠੀਆਂ ਹੀ ਕੋਠੀਆਂ ਜਿਹਦੇ ਜਾ ਸਕਦਾ 101 ਨਹੀਂ ਖੂਬਸੂਰਤ ਕੋਠੀ ਨਿਕਲੀ ਆ ਤਾਂ ਕੋਈ ਸਾਦਾ ਮਕਾਨ ਸਹੀ ਨਜ਼ਰ ਨਾ ਆਇਆ ਸੀ ਤਾਂ ਬਾਕੀ ਜਿਹੜੇ ਸਾਡੇ ਭੈਣਾਂ ਭਰਾਏ ਜਿਹੜੇ ਯੂਕੇ ਰਹਿਣੇ ਪਏ ਜਾਂ ਹੋਰ ਮੁਲਕਾਂ 'ਚ ਰਹਿਣੇ ਅੱਜ ਆਪਣੇ ਮਹੱਲਾ ਮਲਾਲ ਹੀ ਤੱਕ ਸਕਦਾ ਉਹ ਜਾ ਸਕਦਾ ਖੁਸ਼ ਖੁਸ਼ ਤਾਂ ਬਾਕੀ ਅੱਜ ਸਾਂ ਕਿ ਵੀਡੀਓ ਜਿਹੜੀ ਲੱਗੀ ਸੀ ਆ ਬੜੀ ਸੋਹਣੀ ਤਾਂ ਸਾਡੀ ਖਿਦਮਤ ਇਸ ਤਰ੍ਹਾਂ ਸਾਨੂੰ ਨਈ ਨਈ ਵੀਡੀਓ ਘੰਟਾ ਹਾਜ਼ਰ ਹੋਣੇ ਸਾਇਆ ਤਦ ਤੱਕ ਦਿਓ ਇਜਾਜ਼ਤ ਹੀ ਮਾਨ ਅੱਲਾ।